ਹਮ ਤੇਰੀ ਪੜਤ ਬਣਾਵਈ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦਭਾਂਤ ਬਣਾਵਈ ਸਭ ਜੋਤ ਤੇਰੀ ਜੋਤੀ ਵਿੱਚ ਵਰਤੇ ਗੁਰਮਤੀ ਤੁਦੇ ਲਾਵਈ ਸਭ ਬੋਲੋ ਰਾਮ ਰਵੋ ਸ਼੍ਰੀ ਰਾਮ ਰਵੋ ਜਿਤ ਦਾਨਿਤ ਦੁੱਖ ਲੈ ਜਾਵੀ ਭਗਤ ਕਰਨ ਸਭ ਚਾਤੜੇ ਭਗਤ ਕਰਨ ਸਭ ਚਾਤੜੇ ਪਾਉਂਦੇ ਹੋਏ ਰਹਾ ਵਿਸ਼ਵਾਸ ਪਾਉਂਦਾ ਹੈਰਾਨ ਹੋ ਗਿਆ ਜਿਸ ਵੇਲੇ ਪ੍ਰਹਲਾਦ ਰਾਮ ਰਾਮ ਜਪਦਾ ਸਾਰੇ ਬੱਚੇ ਰਾਮ ਨਾਮ ਦੀ ਧੁਨ ਲਾ ਲੈਂਦੇ ਅੱਗੇ ਅੱਗੇ ਪ੍ਰਹਲਾਦ ਬੋਲਦਾ ਮਗਰ ਮਗਰ ਸਾਰੇ ਬੱਚੇ ਬੋਲਦੇ ਤੇ ਕਿੱਡੀ ਧੁਨ ਲੱਗਦੀ ਹੈ ਜਾਪਦਾ ਜਿਵੇਂ ਅਰਸ਼ ਫਰਸ਼ ਨਾਲ ਬੋਲ ਰਹੇ ਜਪਣ ਵਾਲਾ ਹੋਵੇ ਕਰਮਵਾਨ ਹੋਵੇ ਕੋਈ ਸਹਿਬਾਗਨ ਕਰਮ ਖੰਡ ਕੀ ਬਾਣੀ ਜੋਰ ਜੋ ਕਰਮਵਾਨ ਬੰਦੇ ਹਨ ਉਹਨਾਂ ਦੀ ਬਾਣੀ ਵਿੱਚ ਜੋਰ ਜਿਸ ਵੇਲੇ ਉਹ ਕੋਈ ਗੱਲ ਆਖਦੇ ਹਨ ਕੋਈ ਟਾਲ ਨਹੀਂ ਸਕਦਾ ਕਿਉਂਕਿ ਉਹਨਾਂ ਦੀ ਬਾਣੀ ਵਿੱਚ ਜ਼ੋਰ ਹੁੰਦਾ ਹੈ ਜ਼ੋਰ ਵੀ ਇਤਨਾ ਹੁੰਦਾ ਹੈ ਕਿ ਕੋਈ ਉਹਨਾਂ ਦੇ ਅੱਗੇ ਠਹਿਰ ਨਹੀਂ ਸਕਦਾ ਮੇਰੇ ਬਾਬਾ ਜੀ ਇਤਿਹਾਸ ਤਾਂ ਅਸੀਂ ਪੜ੍ਹੇ ਹਨ ਬਾਕੀ ਗੱਲਾਂ ਅਸੀਂ ਸੁਣੀਆਂ ਹਨ ਪਰ ਬਾਬਾ ਜੀ ਦੀਆਂ ਤੇ ਸਾਰੀਆਂ ਅੱਖੀਂ ਵੇਖੀਆਂ ਹਨ ਜਿਸ ਵੇਲੇ ਬਚਨ ਕਰਦੇ ਸਨ ਬੋਲਦੇ ਸਨ
ਕਿਆ ਛੋਟਾ ਤੇ ਕਿਆ ਵੱਡਾ, ਸਭ ਕੋਈ ਥਰ ਥਰ ਕੰਬਦਾ ਸੀ, ਕਿਸੇ ਨੂੰ ਸਾਹਮਣੇ ਬੋਲਣ ਦੀ ਜ਼ਰੂਰਤ ਨਹੀਂ ਸੀ। ਤਾਰ ਤਾਂ ਤਾਰ ਹੀ ਹੈ, ਜੇ ਵਿੱਚ ਕਰੰਟ ਹੋਵੇ ਤਾਂ ਵਹੀ ਜਰਾ ਹੱਥ ਲਾ ਕੇ ਦੇਖ, ਤੇ ਜੇ ਫਿਊਜ਼ ਉੜ ਗਿਆ ਤੇ ਫਿਰ ਜਿਵੇਂ ਮਰਜ਼ੀ ਮਰੋੜ ਲੈ। ਇਸੇ ਤਰ੍ਹਾਂ ਜਿਨ੍ਹਾਂ ਦੇ ਫਿਊਜ਼ ਲੱਗੇ ਹਨ, ਜਿਨ੍ਹਾਂ ਦੇ ਅੰਦਰ ਉੱਤੋਂ ਸ਼ਕਤੀ ਆਉਂਦੀ ਹੈ, ਉਹਨਾਂ ਦੀ ਤੱਕਣੀ, ਉਹਨਾਂ ਦੀ ਬਾਣੀ, ਉਹਨਾਂ ਦਾ ਬਚਨ, ਉਹਨਾਂ ਦਾ ਬੋਲ, ਉਹਨਾਂ ਦਾ ਕਰਮ, ਸਭ ਕੁਝ ਵਿਲੱਖਣ ਹੁੰਦਾ, ਸਭ ਕੋਈ ਥਰ ਥਰ ਕੰਬਦਾ ਸੀ, ਕਿਸੇ ਨੂੰ ਸਾਹਮਣੇ ਬੋਲਣ ਦੀ ਜ਼ਰੂਰਤ ਨਹੀਂ ਸੀ। ਤਾਰ ਤਾਂ ਤਾਰ ਹੀ ਹੈ, ਜੇ ਵਿੱਚ ਕਰੰਟ ਹੋਵੇ ਤਾਂ ਵਹੀ ਜਰਾ ਹੱਥ ਲਾ ਕੇ ਦੇਖ, ਤੇ ਜੇ ਫਿਊਜ਼ ਉੜ ਗਿਆ ਤੇ ਫਿਰ ਜਿਵੇਂ ਮਰਜ਼ੀ ਮਰੋੜ ਲੈ। ਇਸੇ ਤਰ੍ਹਾਂ ਜਿਨ੍ਹਾਂ ਦੇ ਫਿਊਜ਼ ਲੱਗੇ ਹਨ, ਜਿਨ੍ਹਾਂ ਦੇ ਅੰਦਰ ਉੱਤੋਂ ਸ਼ਕਤੀ ਆਉਂਦੀ ਹੈ, ਉਹਨਾਂ ਦੀ ਤੱਕਣੀ, ਉਹਨਾਂ ਦੀ ਬਾਣੀ, ਉਹਨਾਂ ਦਾ ਬਚਨ, ਉਹਨਾਂ ਦਾ ਬੋਲ, ਉਹਨਾਂ ਦਾ ਕਰਮ, ਸਭ ਕੁਝ ਵਿਲੱਖਣ ਹੁੰਦਾ, ਪ੍ਰਹਲਾਦ ਜਿਸ ਵੇਲੇ ਰਾਮ ਨਾਮ ਜਪਦਾ ਸੀ, ਸਾਰੀ ਜਮਾਤ ਪ੍ਰਹਲਾਦ ਦੇ ਪਿੱਛੇ, ਭਾਂਦੇ ਨੇ ਸੋਚਿਆ ਤਾਂ ਗੱਲ ਉਲਟ ਗਈ, ਕਿਤੇ ਰਾਜਾ ਇਹ ਨਾ ਆਖੇ ਵੀ ਇਹ ਪੱਟੀ ਤੂੰ ਪੜਾਈ ਹੈ, ਮੈਂ ਜਾ ਕੇ ਖਬਰ ਕਰਾਂ। ਰਾਜੇ ਪਾਸ ਰੁਆਇਆ ਦੁਖੀ ਦੈਤ ਵਧਾਇਆ ਵਾਦ, ਰਾਜੇ ਦੇ ਪਾਸ ਸ਼ਿਕਾਇਤ ਲੈ ਕੇ ਆਇਆ ਕਿ ਰਾਜਨ ਪ੍ਰਹਲਾਦ ਮੇਰੇ ਹੱਥ ਵਿੱਚ ਨਹੀਂ ਰਿਹਾ, ਪਤਾ ਨਹੀਂ ਕਿੱਥੋਂ ਅੱਖਰ ਦੋ ਪੜ ਕੇ ਆਇਆ, ਬਸ ਜਪ ਰਿਹਾ, ਜਪੀ ਜਾਂਦਾ, ਔਰ ਸੱਚੀ ਗੱਲ ਹੈ ਉਸਦੇ ਜਪਣ ਵਿੱਚ ਇਤਨਾ ਕੋਈ ਬਲ ਹੈ ਕਿ ਉਸਦੇ ਸਾਹਮਣੇ ਮੈਂ ਵੀ ਨਹੀਂ ਬੋਲ ਸਕਦਾ। ਰਾਜੇ ਪਾਸ ਰੁਆਇਆ ਦੁਖੀ ਦੈਤ ਵਧਾਇਆ ਵਾਦ, ਤਾਂ ਪ੍ਰਹਲਾਦ ਨੂੰ ਸੱਦਿਆ, ਸੱਦਿਆ ਪਿਤਾ ਨੇ ਤੇ ਆਖਿਆ ਪ੍ਰਹਲਾਦ ਇਹ ਕਿੱਥੋਂ ਉਲਟ ਪੜਾਈ ਪੜ ਕੇ ਆਏ, ਛੋੜ ਦੇ। ਪ੍ਰਹਲਾਦ ਨੇ ਅੱਗੋਂ ਆਖਿਆ ਪਿਤਾ ਨਹੀਂ ਛੋਟੂਰੇ ਬਾਬਾ ਰਾਮ ਨਾਮ ਨਹੀਂ ਛੋਟੂਰੇ ਬਾਬਾ।
ਬਿਨਾਂ ਗਊ, ਖੰਭਾਂ ਤੋਂ ਬਿਨਾਂ ਪੰਖੀ, ਦੁੱਧ ਬਿਨ ਦੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਬੁਜ ਕਾਮ ਨਹੀਂ, ਪਾਣੀ ਤੋਂ ਬਿਨਾਂ ਖੇਤੀ, ਦੁੱਧ ਤੋਂ ਬਿਨਾਂ ਗਊ, ਖੰਭਾਂ ਤੋਂ ਬਿਨਾਂ ਪੰਖੀ ਔਰ ਪਾਣੀ ਤੋਂ ਬਿਨਾਂ ਖੇਤੀ, ਦੁੱਧ ਬਿਨ ਦੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਬੁਜ ਕਾਮ ਨਹੀਂ, ਕਿਆ ਸੁਲਤਾਨ ਸਲਾਮ ਬਹੂਣਾ, ਉਹ ਕਿਆ ਸੁਲਤਾਨ ਹੈ, ਉਹ ਕਿਆ ਰਾਜਾ ਹੈ ਕੋਈ ਜਿਸ ਨੂੰ ਕੋਈ ਸਲਾਮ ਹੀ ਨਹੀਂ ਕਰਦਾ, ਜਿਸ ਦਾ ਹੁਕਮ ਹੀ ਨਹੀਂ ਚੱਲਦਾ, ਉਹ ਵੀ ਕੋਈ ਰਾਜਾ ਹੈ। ਦੁੱਧ ਬਿਨ ਦੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਬੁਜ ਕਾਮ ਨਹੀਂ, ਕਿਆ ਸੁਲਤਾਨ ਸਲਾਮ ਬਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਉਸ ਮਨੁੱਖ ਦਾ ਹਿਰਦਾ ਅੰਨੀ ਕੋਠੀ ਜਿਸ ਵਿੱਚ ਤੇਰਾ ਨਾਮ ਨਹੀਂ, ਕੀ ਵਿਸਰੇ ਦੁੱਖ ਬਹੁਤਾ ਲਾਗੇ, ਦੁੱਖ ਲਾਗੇ ਤੂੰ ਵਿਸਰ ਨਹੀਂ, ਜੇ ਤੂੰ ਵਿਸਰਨਾ ਤਾਂ ਮੈਂ ਦੁਖੀ ਹੁਣ, ਤੂੰ ਵਿਸਰਨਾ ਤਾਂ ਮੈਨੂੰ ਦੁੱਖ ਲੱਗਦੇ ਹਨ, ਤੂੰ ਵਿਸਰਨਾ ਤਾਂ ਦੁੱਖ ਮੈਨੂੰ ਲੱਭਦੇ ਫਿਰਦੇ ਹਨ, ਪਰ ਜੇ ਤੂੰ ਚੇਤੇ ਆ ਜਾਵੇਂ ਤਾਂ ਦੁੱਖਾਂ ਦਾ ਡੇਰਾ ਕੂਚ। ਸਾਹਿਬ ਬੋਲੋ ਸੇਵਾ, ਪਿਤਾ ਕੀ ਆਖਣਾ ਹੈ, ਨਾਮ ਛੱਡ ਦੇ, ਨਾਮ ਛੱਡ ਦੇਵਾ, ਨਹੀਂ ਛੋਡੂੰ ਰੇ ਬਾਬਾ ਰਾਮ ਨਾਮ, ਮੇਰਾ ਅਵਰ ਪੜ ਸਿਓ ਨਹੀਂ ਗਾਮ। ਮਾਂ ਨੇ ਆਖਿਆ ਛੱਡੋ ਜੀ, ਮੈਂ ਆਪੇ ਸਮਝਾ ਲਵਾਂਗੀ। ਮਾਂ ਪ੍ਰਹਲਾਦ ਨੂੰ ਗੋਦ ਵਿੱਚ ਲੈ ਕੇ ਬੈਠੀ ਹੈ ਔਰ ਸਮਝਾ ਰਹੀ ਹੈ, ਭਈ ਆਖਦੀ ਹੈ ਮਾਤਾ ਉਪਦੇਸੇ ਪ੍ਰਹਲਾਦ ਪਿਆਰੇ, ਮਾਤਾ ਉਪਦੇਸੇ ਪ੍ਰਹਲਾਦ ਪਿਆਰੇ, ਪੁੱਤਰ ਰਾਮ ਨਾਮ ਛੋਟੋ ਜੀਓ ਲਿਹੋ ਉਬਾਰੇ। ਪੁੱਤਰ ਕਿਉਂ ਆਪਣਾ ਦੁਸ਼ਮਣ ਹੋ ਗਿਆ, ਕਿਉਂ ਜਾਣ ਤੇ ਖੇਡਣ ਲੱਗੇ, ਤੂੰ ਪਿਤਾ ਦੇ ਗੁੱਸੇ ਨੂੰ ਨਹੀਂ ਜਾਣਦਾ, ਤੇਰੇ ਪਿਤਾ ਦੀ ਜ਼ਿੱਦ ਨੂੰ ਮੈਂ ਜਾਣਦੀ, ਇਸ ਗੱਲ ਤੇ ਆ ਗਿਆ ਕਰ ਗੁਜਰੇ, ਉਹਨੇ ਲਿਆਜ ਨਹੀਂ ਕਰਨਾ ਵੀ ਮੇਰਾ ਪੁੱਤਰ ਹੈ, ਇਸ ਵਾਸਤੇ ਬੇਟਾ ਨਾਮ ਛੱਡ ਦੇ। ਮਾਤਾ ਉਪਦੇਸ਼ ਹੈ ਪ੍ਰਹਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਿਹੋ ਉਬਾਰੇ। ਤਾਂ ਅੱਗੋਂ ਪ੍ਰਹਲਾਦ ਨੇ ਆਖਿਆ ਪ੍ਰਹਲਾਦ ਕਹਾ ਸੁਣੋ ਮੇਰੀ ਮਾਂ, ਪ੍ਰਹਲਾਦ ਕਹਾ ਸੁਣੋ ਮੇਰੀ ਮਾਂ, ਰਾਮ ਨਾਮ ਨਾ ਛੋਡੂ। ਕਿਉਂ ਨਾ ਛੋਡੋ? ਆਂਦਾ ਗੁਰ ਦੀਆ ਬੁਝਾਏ, ਗੁਰੂ ਨੇ ਦ੍ਰਿੜ ਕਰਾ ਦਿੱਤਾ,
ਗੁਰੂ ਨੇ ਪ੍ਰਤੀਤ ਕਰਾ ਦਿੱਤੀ ਹੈ, ਗੁਰੂ ਨੇ ਨਾਮ ਦੀ ਮਹਿਮਾ ਅੱਖੀ ਵਿਖਾ ਦਿੱਤੀ ਹੈ। ਇਸ ਵਾਸਤੇ ਮਾਂ ਮੈਂ ਛੱਡ ਨਹੀਂ ਸਕਦਾ, ਜਿਵੇਂ ਨਾਮਦੇਵ ਨੇ ਆਖਿਆ ਸੀ, ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਹਰ ਕਰਤਾ ਰਹੇ, ਕਹਾ ਬਯੋ ਜੋ ਤਨ ਬਯੋ ਛਿਨ ਛਿਨ। ਜੇ ਮੇਰੇ ਤਨ ਨੂੰ ਕੋਈ ਛਿਨ ਛਿਨ ਕਰ ਦੇਵੇ ਫਿਰ ਕੀ ਹੋ ਗਿਆ, ਕੀ ਵਿਗੜ ਜਾਏਗਾ ਮੇਰਾ। ਇਹੀ ਤਨ ਪਤਾ ਨਹੀਂ ਕਿਤਨੀ ਵਾਰ ਅੱਗੇ ਮਿਲਿਆ ਹੈ ਤੇ ਕਿਤਨੀ ਵਾਰ ਬਿਨਸਿਆ ਹੈ। ਕਹਾ ਬਯੋ ਜੋ ਤਨ ਬਯੋ ਛਿਨ ਛਿਨ, ਕਹਾ ਤੈਨੂੰ ਪਿਆ ਛਿਨ ਛਿਨ, ਆਸ਼ਕਾਂ ਨੂਰ ਦਿਸੇ, ਐਨਕ ਪ੍ਰੇਮ ਦੀ ਚੜੇ ਜਾਂ ਅੱਖੀਆਂ ਨੂੰ ਉਦੋਂ ਅੱਗ ਵੀ ਆਸ਼ਕਾਂ ਨੂਰ ਦਿਸੇ। ਮੂਸੇ ਵਾਂਗਰਾਂ ਜਦੋਂ ਤਰੰਗ ਆਵੇ, ਡੱਕੀ ਵਾਂਗਰਾਂ ਫੇਰ ਕੋ ਦੂਰ ਦਿਸੇ। ਮਰਨ ਵੇਲੇ ਫਰਿਸ਼ਤਾ ਵੀ ਮੌਤ ਵਾਲਾ, ਉਹਨੂੰ ਕੋਈ ਬਹਿਸ਼ਤ ਦੀ ਫੂਰ ਦਿਸੇ। ਚਮਕ ਰਹੀ ਤਲਵਾਰ ਦੀ ਧਾਰ ਅੰਦਰ, ਮੁਸਕਰਾਮ ਦਾ ਕੋਈ ਗਰੂਰ ਦਿਸੇ। ਗੱਲ ਮੁੱਢ ਕਦੀਮ ਤੋਂ ਚਲੀ ਆਈ, ਸਦਾ ਰੱਖਿਆ ਆਸ਼ਕਾਂ ਨੇਮ ਇਹਾ, ਰਸਤੇ ਗੁਰੂ ਦੇ ਜਾਨ ਲਗਾ ਦੇਣੀ, ਹੁੰਦਾ ਰਮਤਿਆ ਸੱਚਾ ਪ੍ਰੇਮ ਇਹਾ। ਕੋਈ ਪੁੱਛਦਾ ਖਬਰੇ ਕੀ ਹੈ ਇਸ ਜਨੂਨ ਅੰਦਰ, ਸੁਧ ਬੁੱਧ ਸਾਰੀ ਇੱਥੇ ਭੁੱਲ ਜਾਂਦੀ। ਮਿੱਠੀ ਏਸ ਦੀ ਚਾਸ਼ਨੀ ਵਿੱਚ ਜਟਪਟ ਖੰਡ ਅਕਲ ਵਾਲੀ ਸਾਰੀ ਭੁੱਲ ਜਾਂਦੀ। ਵਾਉਣੀ ਵਾਂਗ ਦਿਮਾਗ ਨੂੰ ਚੜੇ ਚੱਕਰ, ਜਦੋਂ ਆਣ ਅਨੇਰੀ ਇਹ ਝੁਲ ਜਾਂਦੀ। ਉਦੋਂ ਬਸ ਇੱਕ ਜਿਹਾ ਸਰੂਰ ਆਵੇ, ਲਾਟ ਵੇਖ ਕੇ ਫੇਰ ਨਾ ਰਿਹਾ ਜਾਂਦਾ। ਮੰਦ ਬੰਦ ਕਟਾਉਂਦਿਆਂ ਜਿਹੜਾ ਸਵਾਦ ਆਵੇ, ਉਹ ਭਾਈ ਮਨੀ ਸਿੰਘ ਕੋਲੋਂ ਨਹੀਂ ਕਿਹਾ ਜਾਂਦਾ। ਭਾਈ ਮਨੀ ਸਿੰਘ ਬਾਦਸ਼ਾਹ ਦਾ ਹੁਕਮ ਸੀ, ਸਿੱਖ ਦਾ ਬੰਦ ਬੰਦ ਕੱਟਦੇ। ਜਲਾਦ ਦੇ ਹੱਕ ਵਿੱਚ ਤੇਸਾ ਹੈ, ਇਹ ਭਾਈ ਮਨੀ ਸਿੰਘ ਦੀ ਬਾਂਹ ਫੜੀ ਹੋਈ। ਲੈ ਗਿਆ ਮਕਤਲ ਵਿੱਚ,
ਤੇ ਫਿਰ ਤੇਸਾ ਚਲਾਇਆ ਤੇ ਪਹੁੰਚਾ ਕੱਟ ਸੁੱਟਿਆ। ਇੱਕ ਪਹੁੰਚਾ ਭਾਈ ਸਾਹਿਬ ਦਾ ਕੱਟਿਆ ਗਿਆ, ਪਰ ਦੂਜਾ ਹੱਥ ਸੀ ਜਲਾਦ ਦੇ ਮੂੰਹ ਤੇ ਚਪੇੜ ਕੱਢ ਮਾਰੀ। ਕਹਿੰਦੇ ਨੇ ਨਿਮਕ ਹਰਾਮ, ਤੈਨੂੰ ਆਪਣੇ ਮਾਲਕ ਦਾ ਹੁਕਮ ਸੀ ਮੇਰਾ ਬੰਦ ਬੰਦ ਕੱਟਣਾ, ਤੇ ਤੂੰ ਇੱਕ ਵਾਰ ਵਿੱਚ ਕਿਤਨੇ ਬੰਦ ਇਕੱਠੇ ਹੀ ਕੱਢ ਦਿੱਤੇ। ਇੱਕ ਇੱਕ ਉਂਗਲੀ ਵਿੱਚ ਤਿੰਨ ਤਿੰਨ ਬੰਦ ਸਨ। ਇੱਕ ਇੱਕ ਉਂਗਲੀ ਤੇ ਤਿੰਨ ਤਿੰਨ ਵਾਰੀ ਤੇਸਾ ਚਲਾਣਾ ਸੀ, ਤੂੰ ਇਹ ਕੀ ਕੀਤਾ? ਕੋਈ ਸਵਾਦ ਸੀ ਜਿਹਨੂੰ ਭਾਈ ਮਨੀ ਸਿੰਘ ਮਾਣ ਰਿਹਾ ਸੀ, ਕੋਈ ਰਸ ਸੀ ਜਿਹਨੂੰ ਭਾਈ ਮਨੀ ਸਿੰਘ ਲੈ ਰਿਹਾ ਸੀ। ਐਸਾ ਰਸ ਕਿਹਨਾਂ ਨੂੰ ਆਉਂਦਾ ਹੈ ਜਿਹਨਾਂ ਦੇ ਮਨ ਚਮੜੀ ਤੇ ਦਮੜੀ ਤੋਂ ਉੱਚੇ ਹੁੰਦੇ, ਜਿਹਨਾਂ ਨੂੰ ਚਮ ਤੇ ਦਮ ਪਿਆਰਾ ਹੁੰਦਾ, ਉਹ ਕੁਰਬਾਨੀ ਨਹੀਂ ਦੇ ਸਕਦੇ। ਕੁਰਬਾਨੀ ਉਹੀ ਉਹ ਦੇ ਸਕਦੇ ਹਨ ਜਿਹਨਾਂ ਨੂੰ ਨਾ ਚਮ ਦਾ ਪਿਆਰ ਹੈ ਨਾ ਦਮ ਦਾ ਲੋਭ ਹੈ। ਦਮ ਜਿਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਚੀਜ਼ ਹੀ ਨਹੀਂ, ਔਰ ਚਮ ਜਿਹਨਾਂ ਦੀ ਨਿਗਾਹ ਵਿੱਚ ਇਹ ਬਿਨਸਨ ਹਾਰ ਹੈ। ਅੱਜ ਨਾ ਬਿਨਸਿਆ ਕੱਲ, ਇੱਕ ਦਿਨ ਤਾਂ ਬਿਨਸਣਾ ਹੀ ਹੈ। ਸਿਕੰਦਰ ਬਾਦਸ਼ਾਹ ਮਰਿਆ ਤੇ ਮਾਂ ਰੋਂਦੀ ਸੀ, ਰੋਂਦੀ ਸੀ ਮਾਂ ਰੋਜ਼। ਅਕਬਰ ਬਾਦਸ਼ਾਹ ਮਰਿਆ ਤੇ ਮਾਂ ਰੋਂਦੀ ਸੀ, ਰੋਂਦੀ ਨੂੰ ਆਵਾਜ਼ ਆਈ ਕਿਹਨੂੰ ਕਿਹਨੂੰ ਰੋਵੇਗੀ, ਇੱਥੇ ਤਾਂ ਕਈ ਪਏ, ਇੱਥੇ ਤਾਂ ਕਈ ਪਏ ਹਨ ਧਰਤੀ ਦੇ ਥੱਲੇ, ਤੇ ਤੂੰ ਕਿਹਨੂੰ ਕਿਹਨੂੰ ਰੋ ਰਹੀ ਹੈ, ਕਿਸ ਕਿਸ ਜਨਮ ਦੇ ਪੁੱਤਰਾਂ ਨੂੰ ਰੋ ਰਹੀ ਹੈ? ਜਦ ਤੋਂ ਸ੍ਰਿਸ਼ਟੀ ਬਣੀ ਤੇ ਇਹ ਜੀਵ ਬਣਿਆ, ਖਬਰ ਨਹੀਂ ਕਿਤਨੀ ਵਾਰੀ ਇਹ ਜੰਮਿਆ, ਕਿਤਨੀ ਵਾਰੀ ਮਰਿਆ, ਕਿਤਨੀ ਵਾਰੀ ਮੁੜ ਜੰਮੇਗਾ, ਕਿਤਨੀ ਵਾਰੀ ਫਿਰ ਮਰੇਗਾ। ਜਿਹਨਾਂ ਨੂੰ ਇਹ ਸਮਝ ਆ ਗਈ ਹੈ ਉਹਨਾਂ ਦੀ ਨਿਗਾਹ ਵਿੱਚ ਕੋਈ ਬੁਕਤ ਨਹੀਂ ਇਸ ਸਰੀਰ ਦੀ, ਉਹਨਾਂ ਦੀ ਨਿਗਾਹ ਵਿੱਚ ਕੋਈ ਬੁਕਤ ਨਹੀਂ ਪੈਸਿਆਂ ਦੀ, ਉਹਨਾਂ ਦੀ ਨਿਗਾਹ ਵਿੱਚ ਜੇ ਕੋਈ ਬੁਕਤ ਹੈ ਤਾਂ ਕਰਮ ਦੀ। ਰਾਜ ਸਿੰਘ ਬੋਲੋ ਸ੍ਰੀ, ਜਿਸ ਕਰਮ ਨੂੰ ਕਰਨ ਵਾਸਤੇ ਮੈਂ ਆਇਆ ਉਹ ਮੈਂ ਕਰਨਾ। ਪ੍ਰਹਲਾਦ ਨੇ ਆਖਿਆ, ਮਾਂ ਤੂੰ ਬਾਰ ਬਾਰ ਆਖਣੀ ਹੈ ਪੁੱਤਰ ਰਾਮ ਨਾਮ ਛੋਡੋ ਜੀਓ ਲਿਹੋ ਉਬਾਰੇ। ਪ੍ਰਹਲਾਦ ਕਿਹਾ, ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡੋ ਗੁਰ ਦੀਆ ਬੁਝਾਏ। ਗੁਰੂ ਨੇ ਬੁਝਾਇਆ, ਇਸ ਵਾਸਤੇ ਮੈਂ ਛੱਡ ਨਹੀਂ ਸਕਦਾ, ਕੁਝ ਵੀ ਹੋ ਜਾਏ ਮੈਂ ਜਪਾਂਗਾ, ਔਰ ਜਿਹਨੂੰ ਮੈਂ ਜਪ ਰਿਹਾ ਹਾਂ ਮੇਰੀ ਰੱਖਿਆ ਕਰੇਗਾ। ਪਿਤਾ ਨੇ ਆਖਿਆ, ਤੇਰਾ ਰਾਮ ਕਿੱਥੇ ਹੈ? ਕਹਿੰਦਾ ਸਭ ਥਾਈ, ਸਾਹਮਣੇ ਸੀ ਲੋਹੇ ਦਾ ਥੰਬਾ। ਪਿਤਾ ਨੇ ਆਖਿਆ, ਇਸ ਥੰਬੇ ਵਿੱਚ ਵੀ ਹੈ? ਪ੍ਰਹਲਾਦ ਨੇ ਆਖਿਆ, ਕਿਉਂ ਨਹੀਂ, ਕੋਈ ਐਸੀ ਥਾਂ ਵੀ ਹੈ ਜਿੱਥੇ ਰਾਮ ਨਹੀਂ? ਉਹਨੇ ਆਖਿਆ, ਬਹੁਤ ਅੱਛਾ। ਜਲਾਦਾ ਨੂੰ ਸੱਦਿਆ, ਆਖਿਆ ਅੱਗ ਬਾਲ ਕੇ ਇਸ ਥੰਬੇ ਨੂੰ ਲਾਲ ਕਰ ਦੇ। ਜਿਸ ਵੇਲੇ ਲੋਹੇ ਦਾ ਥੰਬਾ ਲਾਲ ਹੋ ਗਿਆ,
ਤੇ ਫਿਰ ਪੁੱਛਿਆ ਤੇਰਾ ਰਾਮ ਹੈ ਇਸ ਖੰਭੇ ਵਿੱਚ? ਉਹਨੇ ਆਖਿਆ ਹੈ। ਤਾਂ ਫਿਰ ਪਾਗਲ ਬੱਕਰੀ, ਤੇਰਾ ਰਾਮ ਤੇਰੇ ਅੱਗੇ ਖੜੋਤਾ ਹੈ, ਆਪਣੇ ਰਾਮ ਨੂੰ ਪਾਗਲ ਰੱਖੜੀ ਕਰ ਪਿਆਰ। ਪ੍ਰਹਲਾਦ ਇੱਕ ਕਦਮ ਅੱਗੇ ਹੋਇਆ ਤੇ ਨਾਲ ਹੀ ਖਿਆਲ ਆ ਗਿਆ, ਬਲਦੀ ਅੱਗ ਚੋਂ ਬਚ ਗਿਆ, ਪਰ ਇਹ ਲੋਹਾ ਲਾਲ ਕੀਤਾ ਹੋਇਆ ਅੱਗ ਦੇ ਨਾਲ, ਇਸ ਤੋਂ ਸ਼ਾਇਦ ਬਚਾ। ਭਗਵਾਨ ਨੇ ਸੋਚਿਆ ਕਿਤੇ ਮੇਰਾ ਭਗਤ ਡੋਲ ਨਾ ਜਾਏ, ਤੋ ਕੀੜੀ ਰੂਪ ਧਾਰ ਕੇ ਉਸ ਲੋਹੇ ਦੇ ਥੰਬੇ ਤੇ ਤੁਰ ਜਾਂਦੇ। ਪ੍ਰਹਲਾਦ ਨੇ ਦੇਖਿਆ ਜੋ ਕੀੜੀ ਨੂੰ ਨਹੀਂ ਸਾਰ ਸਕਦਾ, ਮੈਨੂੰ ਕਿਆ ਸਾਰੇਗਾ। ਜੱਟ ਅੱਗੇ ਹੋ ਕੇ ਪ੍ਰਹਲਾਦ ਨੇ ਉਸ ਖੰਭੇ ਨੂੰ ਗਲਵੱਕੜੀ ਪਾ ਲਈ। ਬਸ ਜਿਸ ਵੇਲੇ ਪ੍ਰਹਲਾਦ ਨੇ ਪਾਈ ਗਲਵੱਕੜੀ, ਭਾਈ ਸਾਹਿਬ ਆਖਦੇ ਨੇ ਥੰਬ ਫੋੜ ਪ੍ਰਗਟਿਆ। ਉਸ ਵੇਲੇ ਉਹ ਥੰਬ ਫਟਿਆ ਤੇ ਵਿੱਚੋਂ ਪ੍ਰਗਟ ਹੋਏ ਕੌਣ? ਨਰਸਿੰਘ ਭਗਵਾਨ। ਥੰਬ ਫੋੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਛਾੜੇ ਸੰਤ ਸਹਾਈ ਆਦਿ ਜੁਗਾ। ਨਰਸਿੰਘ ਰੂਪ ਪ੍ਰਗਟ ਹੋ ਕੇ ਹਰਨਾਕਸ਼ ਨੂੰ ਫੜ ਲਿਆ ਤੇ ਬੈਠ ਗਏ ਹੁਣ ਦਲੀਜ ਦੇ ਵਿੱਚ। ਦੱਸ ਬਾਈ, ਦਿਨ ਹੈ ਕਿ ਰਾਤ? ਆਂਦਾ ਨਾ ਦਿਨ ਨਾ ਰਾਤ, ਮੈਂ ਮਨੁੱਖ ਹਾਂ ਕਿ ਜਾਨਵਰ? ਉਹਨੇ ਆਖਿਆ ਨਾ ਮਨੁੱਖ ਨਾ ਜਾਨਵਰ, ਕਿਉਂਕਿ ਨਰਸਿੰਘ ਧੜ ਮਨੁੱਖ ਦਾ ਤੇ ਸਿਰ ਸ਼ੇਰ ਦਾ। ਮੇਰੇ ਕੋਲ ਕੋਈ ਸ਼ਸਤਰ ਹੈ ਕਿ ਨਹੀਂ? ਆਪ ਵਰ ਦਿੱਤਾ ਸੀ ਬਈ ਤੂੰ ਨਾ ਮਰੇਗਾ, ਪਰ ਜਿਸ ਵੇਲੇ ਬੰਦਾ ਹੰਕਾਰੀ ਹੋ ਜਾਏ ਤਾਂ ਉਸ ਨੂੰ ਮਾਰਨ ਦਾ ਪ੍ਰਬੰਧ ਆਪ ਨੂੰ ਹੀ ਕਰਨਾ ਪੈਂਦਾ। ਇਸ ਵਾਸਤੇ ਆਖਿਆ ਉਹ ਬੰਦਿਆ, ਜੇ ਕੁਛ ਵੀ ਤੈਨੂੰ ਪ੍ਰਾਪਤ ਹੋ ਜਾਏ ਤਾਂ ਦੇਖੀ ਕਿਤੇ ਹੋ ਮੈਂ ਵਿੱਚ ਆ ਜਾਵੇ, ਆਖੀ ਹੇ ਵਾਹਿਗੁਰੂ ਇਹ ਤੇਰੀ ਦਾਤ ਹੈ, ਇਹ ਤੇਰੀ ਬਖਸ਼ਿਸ਼ ਹੈ, ਤੇ ਤੇਰੀਆਂ ਦਾਤਾਂ ਤੇਰੀਆਂ ਤੇ ਦੀਵਾਰੇ ਮੇਰੇ ਇੱਥੋਂ। ਆਪ ਨਾ ਬਣ ਜਾਏ ਬਈ ਮੈਂ ਕੁਝ ਕੀਤਾ ਹੈ, ਮੈਂ ਕੁਝ ਕਰਨ ਵਾਲਾ ਹਾਂ, ਨਹੀਂ ਇਹ ਤਾਂ ਸਭ ਕੁਝ ਤੂੰ ਹੀ ਤੂੰ, ਇਹ ਤਾਂ ਸਭ ਕੁਝ ਤੇਰਾ ਹੀ ਤੇਰਾ ਹੈ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਉਂਗੇ ਨਿਰਗੁਣ ਉਂਗੇ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਕਿਤੇ ਨਿਰਗੁਣ ਹੋ ਕੇ ਕਿਤੇ ਸਰਗੁਣ ਹੋ ਕੇ ਮੇਰਾ ਸੁਆਮੀ ਕੇਲ ਕਰ ਰਿਹਾ ਹੈ, ਸੰਸਾਰ ਦਾ ਚੋਜ ਕਰ ਰਿਹਾ। ਤਾਂ ਇਹ ਤਮਾਸ਼ਾ ਵੇਖਣ ਵਾਸਤੇ ਅਸੀਂ ਸੰਸਾਰ ਵਿੱਚ ਆਏ ਤਾਂ ਤਮਾਸ਼ਾ ਵੇਖਣਾ, ਦੇਖਣਾ ਕਿਤੇ ਖਿਲਾੜੀ ਨਾ ਬਣ ਜਾਣਾ। ਤਮਾਸ਼ਾ ਵੇਖਣ ਵਾਲੇ ਭਾਵੇਂ ਕੋਈ ਜਿੱਤ ਜਾਏ ਵੇਖ ਕੇ ਖੁਸ਼ ਹੋ ਜਾਂਦੇ, ਤੇ ਜੇ ਕੋਈ ਖੇਲਣ ਲੱਗ ਪਵੇ ਤਾਂ ਫਿਰ ਜਿੱਤ ਵਾਲੇ ਪਾਸੇ ਤਾਂ ਖੁਸ਼ੀ ਹੁੰਦੀ ਹੈ ਤੇ ਹਾਰ ਵਾਲੇ ਪਾਸੇ ਮੂੰਹ ਮੁਰਝਾ ਜਾਂਦਾ। ਤਾਂ ਹੀ ਕਲਗੀਧਰ ਪਾਤਸ਼ਾਹ ਨੇ ਆਖਿਆ, ਵੇਖਣ ਆਇਓ ਜਗਤ ਤਮਾਸ਼ਾ, ਕਿ ਮੈਂ ਸੰਸਾਰ ਵਿੱਚ ਤਮਾਸ਼ਾ ਵੇਖਣ ਵਾਸਤੇ ਆਇਆ ਤੇ ਇਸ ਤਮਾਸ਼ੇ ਨੂੰ ਵੇਖਦਿਆਂ ਜਿਸ ਦਿਨ ਮੇਰੇ ਪਾਰ ਬ੍ਰਹਮ ਨੇ ਮੈਨੂੰ ਆਖਿਆ ਹੁਣ ਤੂੰ ਆ ਜਾ, ਬਥੇਰਾ ਚਿਰ ਵੇਖ ਲਿਆ ਹੀ ਤਾਂ ਮੈਂ ਆਖਾਂਗਾ ਸਤਿਮਰ। ਇਹ ਹੋਲੀਆਂ ਦੇ ਦਿਨ, ਇਹ ਪ੍ਰਹਲਾਦ ਦੀ ਯਾਦਗਾਰ ਦੇ ਦਿਨ। ਅਜੇ ਜ਼ਿਕਰ ਪ੍ਰਹਲਾਦ ਦਾ ਪੂਰਾ ਹੋਇਆ ਨਹੀਂ, ਕੁਛ ਬਕਾਇਆ ਰਹਿੰਦਾ, ਉਹ ਕੱਲ ਕਰਾਂਗੇ।
ਤੇ ਹੁਣ ਸਮਾਂ ਹੋ ਗਿਆ ਸਮਾਪਤੀ ਦਾ। ਇਤਨਾ ਸਰੀਰ ਵਿੱਚ ਬਲ ਨਹੀਂ ਜੋ ਮੈਂ ਹੋਰ ਵੀ ਕੁਝ ਆਖਦਾ ਰਹਾਂ, ਕਿਉਂਕਿ ਇੱਥੇ ਤਾਂ ਨਿਤਨੇਮ ਨਾਲ ਸੁਬਹਾ ਸ਼ਾਮ ਦੋਵੇਂ ਵੇਲੇ ਹੋਣੇ। ਦਨ ਤੁਸੀਂ ਉਹ ਭਾਵੇਂ 12 ਵਜੇ ਜਾਓ, ਭਾਵੇਂ 1 ਵਜੇ ਜਾਓ ਤੇ ਭਾਵੇਂ 2 ਵਜੇ ਜਾਓ, ਸਵੇਰੇ 6:30 ਵਜੇ ਮੁੜ ਇੱਥੇ ਬੈਠੇ ਹੁੰਦੇ। ਔਰ ਉਹ ਸਵੇਰ ਦਾ 6:30 ਵਜੇ ਦਾ ਵੇਲਾ ਵੀ ਉਹ ਕੋਈ ਵੇਲਾ ਕਹਿਣ ਦਾ ਮੁਹਤਾਜ ਹੈ? ਉਸ ਵੇਲੇ ਕੀ ਹੁੰਦਾ ਉਹ ਕਹਿਣ ਨਾਲ ਸਮਝ ਆ ਹੀ ਨਹੀਂ ਸਕਦੀ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ, ਕਹਿਣ ਨੂੰ ਸੁਭਾਏ ਮਾਨ ਨਹੀਂ ਗੱਲ, ਇਹ ਜਿਸਨੇ ਉਹ ਸਮਾਂ ਦੇਖਿਆ ਉਹੀ ਜਾਣਦਾ ਹੈ। ਤੁਸੀਂ ਉਹ ਸਮਾਂ ਦੇਖਿਆ ਹੈ, ਇਸ ਵਾਸਤੇ ਤੁਸੀਂ ਉਸ ਸਮੇਂ ਨੂੰ ਖੁੰਝਾ ਨਹੀਂ ਸਕਦੇ। ਭਾਵੇਂ ਕਿਸੇ ਵੇਲੇ ਵੀ ਜਾਓ, ਫਿਰ ਵੀ ਮੇਰਾ ਫਰਜ਼ ਹੈ ਕਿ ਤੁਹਾਨੂੰ ਵਕਤ ਨਾਲ ਛੁੱਟੀ ਕਰਦੇ ਹਾਂ ਤਾਂ ਕਿ ਥੋੜ੍ਹੀ ਜਿੰਨੀ ਨੀਂਦ ਲੈ ਕੇ ਸਰੀਰ ਸਵਸਥ ਹੋਵੇ, ਤਾਂ ਹੀ ਨਿਤਨੇਮ ਦਾ ਸਵਾਦ ਹੁੰਦਾ। ਹੁਣ ਕੀਰਤਨ ਸਮਾਪਤੀ, ਭੁੱਲਾਂ ਚੁੱਕਾਂ ਬਖਸ਼ਣੀਆਂ, ਵਾਹਿਗੁਰੂ ਜੀ ਕਾ।